ਸਾਨੂੰ ਫੋਨੀ ਹੁਣ ਕਦੋਂ ਆਉਂਦਾ ਨਾ ਸਕੂਨੀ ਕਿੱਥੇ ਗਏ ਤੇਰੇ ਚੰਨ ਮੂਨੀ ਲਿਸ਼ਕੇ ਸਤਾਰ ਸਾਡੇ ਨੀ ਵਾਲੇ ਤੇ ਕਰਨ ਔਜਲੇ ਦੇ ਵਿਵਾਦ ਬਾਰੇ ਤਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਨ ਜੋ ਕਿ ਦੀਪ ਜੰਡੂ ਕਰਨ ਔਜਲਾ ਅਤੇ ਸਿੱਧੂ ਮੂਸੇਵਾਲੇ ਦੇ ਨਾਲ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਕੁਝ ਸਮਾਂ ਪਹਿਲਾਂ ਪ੍ਰੀਤ ਹਰਪਾਲ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਰਿਪਲਾਈ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਦਾ ਵਿਵਾਦ ਵੀ ਕਾਫੀ ਜ਼ਿਆਦਾ ਭੱਖ ਗਿਆ ਸੀ ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਵੀ ਆਪਣੇ ਲਾਈਵ ਸ਼ੋਅ ਦੇ ਵਿੱਚ ਪ੍ਰੀਤ ਹਰਪਾਲ ਨੂੰ ਰਿਪਲਾਈ ਕੀਤਾ ਸੀ ਜਿਸ ਦਾ ਜਵਾਬ ਪ੍ਰੀਤ ਹਰਪਾਲ ਨੇ ਆਪਣੇ ਨਾਭਾ ਲਾਈਵ ਸ਼ੋਅ ਦੇ ਦੌਰਾਨ ਕੀਤਾ ਅਤੇ ਹੁਣ ਜਦੋਂ ਮੌਕਾ ਸੀ ਗੀਤ MP3 ਦੇ ਮਾਲਕ KV ਢਿੱਲੋਂ ਜੀ ਦੀ ਮੈਰਿਜ ਦਾ ਤਾਂ ਉੱਥੇ ਕਰਨ ਔਜਲਾ ਦੀਪ ਜੰਡੂ ਪ੍ਰੀਤ ਹਰਪਾਲ ਅਤੇ ਸੁਖੀ ਮਿਊਜ਼ੀਕਲ ਡਾਕਟਰਸ ਵਾਲੇ ਇਕੱਠੇ ਹੋਏ ਜਿਸ ਨੂੰ ਦੇਖ ਕੇ ਸਾਰੇ ਹੀ ਕਾਫੀ ਜ਼ਿਆਦਾ ਹੈਰਾਨ ਵੀ ਹੋਏ ਅਤੇ ਉਹਨਾਂ ਦੇ ਫੈਨਸ ਕਾਫੀ ਜ਼ਿਆਦਾ ਖੁਸ਼ ਵੀ ਦੇਖੇ ਗਏ ਕਿ ਹੋ ਸਕਦਾ ਹੁਣ ਆਉਣ ਵਾਲੇ ਕਿਸੇ ਪ੍ਰੋਜੈਕਟ ਦੇ ਵਿੱਚ ਇਹ ਸਾਰੇ ਸਟਾਰ ਇਕੱਠੇ ਦਿਖਾਈ ਦੇਣ ਬਾਕੀ ਤੁਸੀਂ ਇਸ ਸਾਰੇ ਮਸਲੇ ਬਾਰੇ ਕੀ ਕਹੋਗੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਨਾਲ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਹਰ ਤੇਜ਼ ਖਬਰ ਸਭ ਤੋਂ ਪਹਿਲਾਂ ਦੇਖਣ ਦੇ ਲਈ ਤੁਸੀਂ ਸਾਨੂੰ ਅਨਲਿਮਿਟਡ ਗਿਆਨ ਨੂੰ ਸਬਸਕ੍ਰਾਈਬ ਅਤੇ ਨੋਟੀਫਿਕੇਸ਼ਨ ਬੈਲ ਔਨ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਇਸ ਅਪਡੇਟ ਵਿੱਚ ਇੰਨਾ ਹੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹਨੇ ਸਮੇਂ ਤੱਕ ਲਈ ਆਪਣੇ ਹੋਸਟ ਅਤੇ ਦੋਸਤ ਕੁਲਵਿੰਦਰ ਸਿੰਘ ਨੂੰ ਦਿਓ ਇਜਾਜ਼ਤ ਥੈਂਕ ਯੂ ਧੰਨਵਾਦ ਟੇਕ ਕੇਅਰ